ਤਾਂ ਉਧਰ ਸੀਐਮ ਚਰਨਜੀਤ ਸਿੰਘ ਚੰਨੀ ਨੇ ਨਰਮੇ ਦੇ ਜਲਦ ਮੁਆਵਜ਼ੇ ਦਾ ਭਰੋਸਾ ਦਿੱਤਾ ਹੈ। ਪ੍ਰਭਾਵਿਤ ਜ਼ਿਲ੍ਹਿਆਂ ਦੇ ਡੀਸੀਸ ਤੋਂ ਮੁਕੰਮਲ ਰਿਪੋਰਟ ਮੰਗੀ ਗਈ ਹੈ। 29 ਅਕਤੂਬਰ ਤੱਕ ਹਰ ਹਾਲ ਦੇ ਵਿੱਚ ਮੁਕੰਮਲ ਰਿਪੋਰਟ ਦੇਣ ਦੇ ਲਈ ਕਿਹਾ ਹੈ ਕਿ ਸਰਕਾਰ ਕਿਸਾਨਾਂ ਦੇ ਨਾਲ ਜਲਦ ਮੁਆਵਜ਼ਾ ਦੇਣਗੇ। ਚੰਨੀ ਸਰਕਾਰ ਨੇ ਗਿਰਦਾਵਰੀ ਦੇ ਹੁਕਮ ਦਿੱਤੇ ਨੇ। ਪ੍ਰਭਾਵਿਤ ਜ਼ਿਲ੍ਹਿਆਂ ਦੇ ਵਿੱਚ ਡੀਸੀਸ ਤੋਂ ਮੁਕੰਮਲ ਰਿਪੋਰਟ ਮੰਗੀ ਹੈ। 29 ਅਕਤੂਬਰ ਤੱਕ ਹਰ ਹਾਲ ਦੇ ਵਿੱਚ ਮੁਕੰਮਲ ਰਿਪੋਰਟ ਦੇਣ ਦੇ ਲਈ ਕਿਹਾ ਹੈ ਕਿ ਸਰਕਾਰ ਕਿਸਾਨਾਂ ਦੇ ਨਾਲ ਹੈ, ਜਲਦ ਮੁਆਵਜ਼ਾ ਦਿੱਤਾ ਜਾਏਗਾ। ਉਧਰ ਮੁਆਵਜ਼ਾ ਨਾ ਮਿਲਣ ਕਰਕੇ ਨਰਮਾ ਕਿਸਾਨਾਂ 'ਚ ਭਾਰੀ ਗੁੱਸਾ ਦੇਖਣ ਨੂੰ ਮਿਲਿਆ। ਨਾਲ ਹੀ ਆਮ ਆਦਮੀ ਪਾਰਟੀ ਨੇ ਚੰਨੀ ਸਰਕਾਰ ਨੂੰ ਘੇਰਿਆ ਤੇ ਤੰਜ ਕੱਸਦਿਆਂ ਕਿਹਾ ਕਿ ਕੀ ਮੁੱਖ ਮੰਤਰੀ ਘੱਟੋ ਘੱਟ ਉਸ ਕਿਸਾਨ ਨੂੰ ਤਾਂ ਮੁਆਵਜ਼ਾ ਦੇ ਦਿੰਦੇ ਜਿਸ ਨਾਲ ਫੋਟੋ ਖਿਚਵਾਈ ਸੀ। ਮਾਲਵੇ ਦੇ ਵਿੱਚ ਗੁਲਾਬੀ ਸੁੰਡੀ ਕਰਕੇ ਖਰਾਬ ਹੋਏ ਨਰਮੇ ਦਾ ਹੁਣ ਤੱਕ ਮੁਆਵਜ਼ਾ ਨਾ ਮਿਲਣ ਤੋਂ ਨਿਰਾਸ਼ ਕਿਸਾਨ ਸੜਕਾਂ ਤੇ ਉਤਰ ਆਏ ਨੇ। ਕਿਸਾਨਾਂ ਦਾ ਇਲਜ਼ਾਮ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਦਾ ਐਲਾਨ ਤਾਂ ਕੀਤਾ ਸੀ ਪਰ ਹਾਲੇ ਤੱਕ ਹੱਥ ਪੱਲੇ ਕੁਝ ਵੀ ਨਹੀਂ ਪਿਆ। ਨਰਮਾ ਚੁਗਾਈ ਹੈ, ਜਲਦੀ ਤੋਂ ਜਲਦੀ ਇਹਨਾਂ ਨੂੰ ਬਿਨਾਂ ਹੈਰਾਨਗੀ ਤੋਂ ਇਹਨਾਂ ਲੋਕਾਂ ਦੀਆਂ ਲਿਸਟਾਂ ਦੇ ਮੁਤਾਬਕ ਪਿੰਡਾਂ ਦਾ ਇਹਨਾਂ ਬੇਰੁਜ਼ਗਾਰਾਂ ਦਾ ਇਹ ਪ੍ਰਬੰਧ ਕਰਦੇ ਹੋਏ ਤੇ ਮੁਆਵਜ਼ਾ ਜਾਰੀ ਕੀਤਾ ਜਾਵੇ। ਬਠਿੰਡਾ ਦੇ ਤਹਿਸੀਲਦਾਰ ਸੁਖਬੀਰ ਸਿੰਘ ਬਰਾੜ ਨੇ ਨਿਊਜ਼ 18 ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਗਿਰਦਾਵਰੀ ਕਰਾਈ ਜਾ ਰਹੀ ਹੈ ਅਤੇ ਦੀਵਾਲੀ ਤੋਂ ਪਹਿਲਾਂ ਕਿਸਾਨਾਂ ਨੂੰ ਮੁਆਵਜ਼ਾ ਦੇ ਦਿੱਤਾ ਜਾਵੇਗਾ। ਸਾਰੇ ਪਟਵਾਰੀ ਸਾਡੇ ਫੀਲਡ 'ਚ ਉਹਦੇ 'ਚ ਇਹ ਹੁੰਦਾ ਮਤਲਬ ਐਗਰੀਕਲਚਰ ਕਿਉਂਕਿ ਇਹ ਟੈਕਨੀਕਲ ਪ੍ਰੋਸੈਸ ਸੀ ਵੀ ਸੁੰਡੀ ਨੇ ਕਿੰਨਾ ਖਰਾਬ ਕੀਤਾ। ਐਗਰੀਕਲਚਰ ਆਫੀਸਰਸ ਵੀ ਨਾਲ ਲੱਗੇ ਸੀਗੇ, ਠੀਕ ਹੈ ਨਾ, ਉਹ ਹਜੇ ਵੀ ਕੰਮ ਕਰ ਰਹੇ ਨੇ ਫੀਲਡ 'ਚ ਤੇ ਵੈਰੀ ਸੂਨ ਵੀ 28-29 ਤਰੀਕ ਤਾਂ ਵੀ ਵਿਲ ਬੀ ਏਬਲ ਟੂ ਗਿਵ ਯੂ ਦਾ ਫੁੱਲ ਫਿਗਰਸ। ਉਧਰ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਨੇ ਸੀਐਮ ਚੰਨੀ ਵੱਲੋਂ ਸਮੇਂ ਸਿਰ ਨਰਮੇ ਦੀ ਅਦਾਇਗੀ ਕਰਨ ਵਾਲੇ ਇਸ਼ਤਿਹਾਰਾਂ ਦੇ ਉੱਤੇ ਸਵਾਲ ਚੁੱਕੇ ਨੇ। ਖੇਤ ਮੇ ਮੁੱਖ ਮੰਤਰੀ ਜੀ ਕੇ ਸਾਥ ਖੜੇ ਹੈ, ਜਿਸ ਕੀ ਫੋਟੋ ਉਨ੍ਹੋਂਨੇ ਹਰ ਜਗ੍ਹਾ ਛਾਪ ਦੀ, ਪੂਰੇ ਪੰਜਾਬ ਮੇ ਹਰ ਦੀਵਾਰ ਪਰ ਹਮਾਰੇ ਇਸ ਬਿਚਾਰੇ ਕਿਸਾਨ ਕੋ ਵੀ ਮੁਆਵਜ਼ੇ ਕੀ ਇੱਕ ਫੂਟੀ ਰਕਮ ਨਹੀਂ ਮਿਲੀ। ਜਾ ਕੇ ਆਏ ਸੀ ਆ ਆ ਖਬਰ ਹੈ, ਆ ਜਾ ਕੇ ਆਏ ਸੀ ਚੰਨੀ ਸਾਹਿਬ, ਅੱਜ ਤੱਕ ਮੁਆਵਜ਼ਾ ਕਿਉਂ ਨਹੀਂ ਗਿਆ? ਨਰਮੇ ਦੀ ਫਸਲ ਖਰਾਬ ਹੋਣ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪ ਕਿਸਾਨਾਂ ਨੂੰ ਮਿਲਣ ਪਹੁੰਚੇ ਸਨ ਪਰ ਹੁਣ ਤੱਕ ਮੁਆਵਜ਼ਾ ਨਾ ਮਿਲਣ ਤੇ ਕਿਸਾਨਾਂ ਦਾ ਗੁੱਸਾ ਵੱਧ ਰਿਹਾ ਹੈ ਅਤੇ ਵਿਰੋਧੀ ਧਿਰਾਂ ਵੀ ਮੁੱਖ ਮੰਤਰੀ ਨੂੰ ਸਵਾਲਾਂ ਦੇ ਘੇਰੇ ਦੇ ਵਿੱਚ ਖੜਾ ਕਰ ਰਹੀਆਂ ਨੇ। ਬਿਊਰੋ ਰਿਪੋਰਟ, ਨਿਊਜ਼ 18।